ਸੋ ਅੱਜ ਅਸੀਂ ਜੋ ਕੇਸ ਡਿਸਕਸ ਕੀਤਾ ਹੈ ਇਹਦਾ ਸਿਰਫ ਪਰਪਸ ਤੁਹਾਨੂੰ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਲਈ ਹੈ ਕਿ ਜਦੋਂ ਇੱਕ ਫੀਮੇਲ ਦੀ ਏਜ 40 ਸਾਲ ਤੋਂ ਉੱਪਰ ਹੋ ਜਾਂਦੀ ਹੈ ਤਾਂ ਬਹੁਤ ਹੀ ਔਖਾ ਹੋ ਜਾਂਦਾ ਹੈ ਉਹਨੂੰ ਕਨਸੀਵ ਕਰਨਾ ਔਰ ਜਦੋਂ ਉਹਦੇ ਨਾਲ ਮਲਟੀਪਲ ਸਰਜੀਕਲ ਕੋਮੋਬਿਡਿਟੀਜ਼ ਅਤੇ ਮੈਡੀਕਲ ਕੋਮੋਬਿਡਿਟੀਜ਼ ਹੋ ਜਾਂਦੀਆਂ ਨੇ ਜਿੱਦਾਂ ਕਿ ਇਹਨਾਂ ਦੇ ਕੇਸ ਵਿੱਚ ਇਹਨਾਂ ਦਾ ਬ੍ਰੌਂਕਲ ਐਸਥਮਾ ਸੀ ਇਹਨਾਂ ਦਾ ਬੀ ਪੀ ਬਹੁਤ ਜ਼ਿਆਦਾ ਵੱਧਦਾ ਸੀ ਇਹਨਾਂ ਦਾ ਥਾਇਰੋਇਡ ਅਨਕੰਟਰੋਲ ਸੀ ਇਹਨਾਂ ਦੇ ਲਿਵਰ ਦੇ ਟੈਸਟ ਖਰਾਬ ਸਨ ਅਤੇ ਇਹਨਾਂ ਦਾ ਪ੍ਰੀਵੀਅਸ ਹਿਸਟਰੀ ਸੀ ਕਿ ਇਹਨਾਂ ਦੀ ਟਿਊਬਾਂ ਵਿੱਚ ਬੱਚੇ ਠਹਿਰੇ ਹੋਏ ਸੀ ਅਤੇ ਇਹਨਾਂ ਦੀ ਟਿਊਬਾਂ ਕੰਮ ਨਹੀਂ ਕਰ ਰਹੀਆਂ ਸੀ ਸੋ ਇਹਨਾਂ ਦੇ ਕੇਸ ਵਿੱਚ ਇੱਕ ਆਈ ਵੀ ਐੱਫ ਦੇ ਰਾਹੀਂ ਅਸੀਂ ਇਹਨਾਂ ਨੂੰ ਇੱਕ ਪ੍ਰੈਗਨੈਂਸੀ ਦੇ ਪਾਏ ਔਰ ਹੁਣ ਟਰਮ ਤੱਕ ਜੋ ਕਿ 36 ਹਫ਼ਤਿਆਂ ਤੋਂ ਉੱਪਰ ਜਾ ਕੇ ਹੀ ਬੱਚਾ ਡਿਲੀਵਰ ਹੋਇਆ ਔਰ ਮਾਂ ਬੱਚੇ ਦੋਨੋਂ ਹੈਲਦੀ ਨੇ ਅੱਜ ਮੇਰਾ ਨਾਮ ਸਰਬਜੀਤ ਹੈ ਮਤਲਬ ਮੈਨੂੰ ਉਮੀਦ ਨਹੀਂ ਸੀ ਹੈਗੀ ਮੇਰੇ ਬੇਬੀ ਹੋ ਜਾਏਗਾ ਜਿੱਦਾਂ ਮੇਰੀ ਏਜ ਹੋ ਗਈ ਸੀ ਨਾ 42-43 ਸਾਲ ਦੀ ਹੋ ਗਈ ਹੁਣ ਮੈਂ ਮਤਲਬ ਜਦੋਂ ਅਸੀਂ ਮੈਡਮ ਮਨਮੀਤ ਨਾਲ ਮਿਲੇ ਹਾਂ ਫਿਰ ਥੋੜ੍ਹੀ ਉਮੀਦ ਦੀ ਕਿਰਨ ਜਾਗ ਗਈ ਸਾਡੇ ਮਨ ਵਿੱਚ ਅਤੇ ਉਹਨਾਂ ਸਾਨੂੰ ਕਿਹਾ ਵੀ ਹੋ ਸਕਦਾ ਕਿਉਂਕਿ ਮੇਰੇ ਟਿਊਬਸ ਵੀ ਬੰਦ ਸੀ ਉੱਦਾਂ ਕੋਈ ਆਪਸ਼ਨ ਨਹੀਂ ਸੀ ਮੈਨੂੰ ਦਮੇ ਦੀ ਉੱਦਾਂ ਵੈਸੇ ਮੈਂ ਮਤਲਬ ਅਸਮੇ ਦੀ ਹੈਗੀ ਬਿਮਾਰੀ ਮਤਲਬ ਮੈਨੂੰ ਉਮੀਦ ਬਿਲਕੁਲ ਖਤਮ ਸੀ ਜਦੋਂ ਮੈਮ ਨਾਲ ਮਿਲੇ ਉਦੋਂ ਸਾਨੂੰ ਬਹੁਤ ਅੱਛਾ ਲੱਗਿਆ ਇਹਨਾਂ ਨੇ ਜਿੱਦਾਂ ਗਾਈਡੈਂਸ ਕੀਤਾ ਅਤੇ ਸਾਨੂੰ ਅੱਛਾ ਲੱਗਾ ਉਸ ਤੋਂ ਬਾਅਦ ਫਿਰ ਸਾਡੇ ਮਨ ਵਿੱਚ ਜਾਗ ਗਿਆ ਜਿੱਦਾਂ ਹੋ ਸਕਦਾ ਬੱਚਾ ਨਹੀਂ ਤਾਂ ਮੈਂ ਤਾਂ ਬਿਲਕੁਲ ਉਮੀਦ ਛੱਡ ਚੁੱਕੀ ਸੀ ਮੈਂ ਵੀ ਕਦੇ ਬੇਬੀ ਖਿਲਾਵਾਂਗੀ ਦੀਦੀ ਚ ਆਪਣੀ ਚਲੋ ਹੁਣ ਤਾਂ ਸਭ ਕੁਛ ਠੀਕ ਹੋ ਗਿਆ ਨਹੀਂ ਕਰਨਾ ਠੀਕ ਕਿਉਂਕਿ ਸਾਰੇ ਮੈਨੂੰ ਕਹਿੰਦੇ ਸੀ ਬੇਬੀ ਹੋ ਨਹੀਂ ਸਕਦਾ ਉਸ ਕਰਕੇ ਮੈਂ ਮੰਮੀ ਤੋਂ ਬਾਅਦ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਮੈਨੂੰ ਮਿਲਣੀ ਨਾ ਵੈਸੇ ਵੀ ਇੱਥੇ ਜਿੰਨਾ ਵੀ ਸਟਾਫ ਹੈ ਸਾਰਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਮੈਮ ਦੇ ਨਾਲ ਉਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਹਰ ਪਾਸੇ ਜਿੱਥੇ ਵੀ ਅਸੀਂ ਗਏ ਹਾਂ ਇੱਦਾਂ ਵੀ ਸਾਰਾ ਕੁਛ ਹੋਇਆ ਸਾਡੇ ਛੋਟਾ ਇੱਕ ਬੇਬੀ ਸਾਡੀ ਗੋਦ 'ਚ ਹੈਗੇ ਇਹ ਵੀ ਮੈਮ ਕਰਕੇ ਕਿ ਇਹਨਾਂ ਨੇ ਬਹੁਤ ਅੱਛਾ ਸਾਡੇ ਨਾਲ ਐਕਸਪੀਰੀਅੰਸ ਕੀਤੇ ਨਾ ਉਸ ਕਰਕੇ